तो ये अपने लिए आउट ऑफ देखो कितने आप लैके आप पीछे पीछे जाना पीछे जाना आ जाओ मैडम आओ आओ केड़ा है पीछे आ प्लाट केड़ा सर इधर अगले केंद्र है ये प्लाट आओ आओ तुसी आओ मैडम कम है सर हां जी ए शक्की है सर क्योंकि इन्होंने हुण पावर ऑफ टॉर्नी बना के ते हुणे ही कंधा करनी शुरू कर दी है डॉक्यूमेंट सर इन्हों को बहुत बहुत बने ने क्योंकि मेरे फादर के नकले कागज बना के करी जा रहे तहसीलदार साहब आओ एक मिनट आओ मैडम आयो आयो की शुभ नाम ता गुरदर्शन कौर प्रवीण कौर ताडी सिस्टर है अच्छा एक मिनट आ जाओ आ जाओ तहसीलदार साहब एक गुरदर्शन कौर एक प्रवीण कौर इन्हों की यह जगह है समझे इंग्लैंड तो आए ठीक है इन्होंने कंप्लेट पाई है कई बार ताडे दफ्तर च गए कई बार एस डी एम दे कई बार कई थावां ते गए पुलिस दे गए जिहड़े बंदे मार रहे आ तुसी ए वेरीफाई करके पहला इन्हू बंद कराओ पहला इन्हां दी जगह जिहड़ी इन्हां दी जगह पूरी कर किसी एन आर आई की जगह तक कब्जा नहीं होना जी सुन दे गल हां टोटल जगह जिहड़ी सारी इहदी निशानदेही करा के जिहड़ी इन्हां दी जगह ਉਹ ਸਰ ਇਹਨਾਂ ਨੂੰ ਬਦਲ ਦਿੱਤੀ ਠੀਕ ਹੈ ਕਿ ਇਹ ਹਾਲਤ ਦੇਖੋ ਦੋ ਭੈਣਾਂ ਦੀ ਉਹਨਾਂ ਦੇ ਸੱਟ ਲੱਗੀ ਹੈ ਇਹ ਬਜ਼ੁਰਗ ਨੇ ਇਹ ਦਫ਼ਤਰ ਚ ਫੇਰੇ ਮਾਰਦੀਆਂ ਵਿਚਾਰੀਆਂ ਤੇ ਸਰ ਇਹ ਕੋਈ ਗੱਲ ਥੋੜੀ ਹੈ ਕਿ ਇਹ ਵਿਚਾਰੀਆਂ ਬਾਦ ਬਾਦ ਫੇਰੇ ਮਾਰ ਦੋ ਤੁਰੀਆਂ ਫੇਰਨ ਤੇ ਆਪਾਂ ਕੋਈ ਇਨਸਾਫ਼ ਨਾ ਦਈਏ ਤੁਹਾਨੂੰ ਮੈਂ ਇਸ ਕਰਕੇ ਸੱਦਿਆ ਕਿ ਇਹਦੇ ਸਾਰਾ ਵੇਖ ਕੇ ਟੋਟਲ ਠੀਕ ਹੈ ਹਾਂ ਇਹ ਜਿਹੜਾ ਬੜਾ ਥਾਂ ਵਾ ਰਿਹਾ ਇਹਨੂੰ ਰੋਕ ਕੇ ਦੁਬਾਰਾ ਕਰਾ ਕੇ ਜਿਹੜਾ ਸਹੀ ਹੈ ਠੀਕ ਹੈ ਜੇ ਉਹਨਾਂ ਕੋਲ ਪੇਪਰ ਨੇ ਸਹੀ ਵੇਖ ਕੇ ਉਹਨਾਂ ਨੂੰ ਜਿਹੜੇ ਉਹਨਾਂ ਦਾ ਬਣਦਾ ਉਹਨਾਂ ਨੂੰ ਦੋ ਜਿਹੜਾ ਇਹਨਾਂ ਦਾ ਬਣਦਾ ਦੋ ਹਾਂ ਇਹਨਾਂ ਨੂੰ ਅੱਜ ਤੋਂ ਬਾਅਦ ਨਹੀਂ ਮਤਲਬ ਇੱਦਾਂ ਦਾ ਬਸ ਤੰਗੀ ਹੋਣੀ ਚਾਹੀਦੀ ਠੀਕ ਹੈ ਕਿ ਗੱਲ ਹਾਂ ਇਹ ਵਿਚਾਰੇ ਇੰਗਲੈਂਡ ਤੋਂ ਆਏ ਦੇਖੋ ਤੁਸੀਂ ਆਇਆ ਲੰਡਨ ਤੋਂ ਆਏ ਮੈਂ ਤਾਂ ਆਇਆ ਕਈ ਵਾਰ ਪਹਿਲਾਂ ਵੀ ਇੱਕ ਵਾਰ ਆਈਆਂ ਸੀਗੀਆਂ ਤੇ ਇਹ ਕਹਿੰਦੇ ਵੀ ਅਸੀਂ ਬਾਰ ਬਾਰ ਦਫ਼ਤਰਾਂ ਚ ਗਏ ਸਾਡੀ ਕਿਸੇ ਨੇ ਸੁਣੀ ਨਹੀਂ ਗਈ ਠੀਕ ਹੈ ਨਾ ਇਹ ਇਹ ਤੁਸੀਂ ਸਰ ਇਹ ਬੰਦ ਕਰਾ ਕੇ ਦੁਬਾਰਾ ਸਾਰੇ ਥਾਂ ਦੀ ਨਿਸ਼ਾਨਦੇਹੀ ਕਰਾ ਕੇ ਇਹਨਾਂ ਦਾ ਟੋਟਲ ਆਪ ਸਾਰੇ ਦਾ ਸਾਰਾ ਕਰੋ ਹਾਂ ਬਸ ਠੀਕ ਹੈ ਕਿ ਗੱਲ ਹਾਂ ਇਹ ਮਤਲਬ ਇਹ ਕਲਾਉਣਗੇ ਜੀ ਸਰ ਠੀਕ ਹੈ ਨਾ ਮੈਂ ਤਾਂ ਇਹਨਾਂ ਨੂੰ ਸੱਦਿਆ ਇੱਥੇ ਦੇ ਮਾਮਲੇ ਕਈ ਸਾਹਮਣੇ ਆਉਂਦੇ ਪਏ ਤੁਸੀਂ ਵਿਜਿਟ ਵੀ ਕਰਦੇ ਪਏ ਹੋ ਇਹ ਲੱਗਦਾ ਕਿ ਇਹ ਜਿਹੜੇ 10-15 ਸਾਲ ਜਿਹੜੇ ਵਿਦੇਸ਼ ਵਿੱਚ ਐਨਆਰਆਈ ਪਰਿਵਾਰ ਰਹਿੰਦੇ ਨੇ ਉਹਨਾਂ ਦੀ ਜਗ੍ਹਾ ਦੇ ਉੱਪਰ ਕਬਜ਼ਾ ਹੁੰਦਾ ਦੇਖੋ ਇਹ ਕੀ ਹੁੰਦਾ ਕਿ ਜਗ੍ਹਾ ਖਾਲੀ ਪਈਆਂ ਹੁੰਦੀਆਂ ਜੀ ਤੇ ਜਿਹੜਾ ਇਹ ਲੈਂਡ ਮਾਫੀਆ ਇਹ ਬੜੇ ਕਿਸਮਤ ਆ ਇਹ ਵੇਖ ਲੈਂਦੇ ਆ ਕਿ ਇਸ ਜਗ੍ਹਾ ਤੇ ਕੋਈ ਆਇਆ ਹੀ ਨਹੀਂ 10-15 ਸਾਲ ਹੋ ਗਏ ਆ ਥੱਲੇ ਕਿਉਂਕਿ ਬੜੀ ਭੈੜੀ ਹਾਲ ਸੀਗੀ ਥੱਲੇ ਮਤਲਬ ਜਿਹੜਾ ਪਟਵਾਰੀਆਂ ਪਟੂਰੀਆਂ ਨਾਲ ਰਲ ਕੇ ਕਰਕੇ ਕੁਛ ਇਹ ਦਲੀ ਮਤਲਬ ਕਾਗਜ਼ ਬਣਾ ਕੇ ਤੇ ਵਿਚਾਰਿਆਂ ਲੋਕਾਂ ਦੀ ਜਾਇਦਾਦ ਦੱਬ ਲੈਂਦੇ ਇਹ ਮੇਰੇ ਕੋਲ ਗਏ ਸੀਗੇ ਤੇ ਮੈਂ ਇਹਨਾਂ ਨੂੰ ਕਿਹਾ ਵੀ ਚਲੋ ਮੈਂ ਨਾਲ ਤੁਹਾਡੇ ਚੱਲਦਾ ਕਿਉਂਕਿ ਦੇਖੋ ਇਸ ਹਾਲਤ ਦੇ ਵਿੱਚ ਲੰਡਨ ਤੋਂ ਆਏ ਸਮਝਦੇ ਕਿ ਗੱਲ ਇਹਨਾਂ ਦੀ ਜਗ੍ਹਾ ਇਹ ਕਿੰਨੀ ਮਹਿੰਗੀ ਜਗ੍ਹਾ ਕਰੋੜਾਂ ਦੀ ਜਗ੍ਹਾ 27 ਕਿੱਲੇ ਜਗ੍ਹਾ ਸੀਗੀ ਵਿਚਾਰਿਆਂ ਨੂੰ ਇਹਨਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ ਇਹ ਕਈ ਚਿਰ ਦੇ ਤੁਰੇ ਫਿਰਦੇ ਆ ਜਿਹੜਾ ਇੱਥੇ ਲੈਂਡ ਮਾਫੀਆ ਉਹ ਜਦੋਂ ਇਹ ਵਿਚਾਰੇ ਜਾਂਦੇ ਕਿਤੇ ਡੀਸੀ ਦਫ਼ਤਰ ਕਿਤੇ ਹੋਰ ਇੱਧਰ ਉੱਧਰ ਜਾਂਦੇ ਆ ਤੇ ਸਰ ਉਹ ਆਪਣੀ ਅਪਰੋਚ ਕਰਕੇ ਇਹ ਵਿਚਾਰੇ ਉੱਥੋਂ ਹੁੰਦੇ ਆ ਉਹ ਆਪਣੀ ਅਪਰੋਚ ਕਰ ਲੈਂਦੇ ਇੱਥੇ ਕੋਈ ਨਾ ਕੋਈ ਅੱਟੀ ਸੱਟੀ ਲਾ ਕੇ ਤੇ ਇਹਨਾਂ ਦਾ ਟਾਈਮ ਲਗਾ ਕੇ ਇਹਨਾਂ ਨੇ ਵਾਪਸ ਜਾਣਾ ਹੁੰਦਾ ਠੀਕ ਹੈ ਕਿ ਨਹੀਂ ਇਸ ਕਰਕੇ ਮੈਂ ਆਪ ਖੁਦ ਥਾਂ ਆਇਆ ਮੌਕੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਇਸ ਗੱਲ ਦਾ ਮਤਲਬ ਬਿਲਕੁਲ ਫਿਕਰ ਨਾ ਕਰੋ ਪੰਜਾਬ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਅਸੀਂ ਕਿਤੇ ਕਿਸੇ ਦਾ ਨਜਾਇਜ਼ ਕਬਜ਼ਾ ਨਹੀਂ ਹੋਣ ਦਿਆਂਗੇ
ਕਿ ਐਨ ਆਰ ਆਈ ਨੂੰ ਸਮੱਸਿਆ ਨਹੀਂ ਆਉਂਦਾ। ਪਰ ਮਾਨ ਸਾਹਿਬ ਨੇ ਹਦਾਇਤ ਕੀਤੀ ਹੈ ਸਾਨੂੰ ਵੀ ਸਭ ਅਫਸਰਾਂ ਨੂੰ ਕਿ ਕਿਸੇ ਵੀ ਐਨ ਆਰ ਆਈ ਦੀ ਜਗ੍ਹਾ ਦੇ ਉੱਤੇ ਸਰ ਕੋਈ ਕਬਜ਼ਾ ਨਾ ਹੋਣ ਦਿਆਂਗੇ ਨਾ ਕਿਸੇ ਨੂੰ ਦੱਬਣ ਦਿਆਂਗੇ। ਜਿੰਨੇ ਵੀ ਐਨ ਆਰ ਆਈ ਜਗ੍ਹਾ ਦੇ ਕੀਤੇ ਉਹ ਸਰ ਉਹਦੇ ਖਿਲਾਫ਼ ਅਸੀਂ ਕਾਰਵਾਈ ਕਰਾਂਗੇ। ਮੈਂ ਕਿਹਾ ਸਰ ਜਿਹੜਾ ਵੀ ਪੁਲਿਸ ਮੁਲਾਜ਼ਮ ਸ਼ਾਮਿਲ ਹੋਇਆ ਜਾਂ ਕੋਈ ਪਟਵਾਰੀ ਸ਼ਾਮਿਲ ਪਾਇਆ ਗਿਆ ਤੇ ਕਿਉਂ ਨੀ ਕਰਾਂਗੇ ਸਰ, ਅਸੀਂ ਤੇ ਕਾਰਵਾਈ ਕਰਾਂਗੇ ਜਿਹੜਾ ਕੋਈ ਇੱਥੇ ਸ਼ਾਮਿਲ ਹੋਇਆ। ਠੀਕ ਹੈ, ਕਿਉਂਕਿ ਜਿਹੜਾ ਇਹ ਜਿਹੜਾ ਸਰ ਲੈਂਡ ਮਾਫੀਆ ਇਹਨਾਂ ਦਾ ਬੜਾ ਲੰਬਾ ਚੌੜਾ, ਪਰ ਜੇ ਵੀ ਕੋਈ ਜਿਹੜਾ ਵੀ ਬੰਦਾ ਚਾਹੇ ਸਰਕਾਰੀ ਮੁਲਾਜ਼ਮ ਹੈ ਚਾਹੇ ਕੋਈ ਪ੍ਰਾਈਵੇਟ ਹੈ, ਜਿਹੜਾ ਵੀ ਐਨ ਆਰ ਆਈ ਦੀ ਜਗ੍ਹਾ ਦੇ ਉੱਤੇ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕਰੂਗਾ ਉਹਦੇ ਖਿਲਾਫ਼ ਸਰ ਸਖ਼ਤ ਕਾਰਵਾਈ। ਕੋਈ ਵੀ ਹੋਵੇ, ਕੋਈ ਮੈਂ ਇਹ ਨੀ ਕਹਿੰਦਾ ਕਿ ਕੋਈ ਪੁਲਿਸ ਮੁਲਾਜ਼ਮ ਹੈ ਜਾਂ ਕੋਈ ਕੋਈ ਵੀ ਹੈ, ਕੋਈ ਵੀ ਹੋਵੇ, ਕੋਈ ਬੰਦਾ ਆਮ ਬੰਦਾ ਵੀ ਹੋਵੇ, ਅਸੀਂ ਕਿਸੇ ਨੂੰ ਵੀ ਕਿਸੇ ਐਨ ਆਰ ਆਈ ਦੇ ਸਰ ਜ਼ਮੀਨ ਦੇ ਉੱਤੇ ਕਬਜ਼ਾ ਨਹੀਂ ਕਰਨਾ। ਇਹ ਇੰਗਲੈਂਡ ਤੋਂ ਹੈ, ਜਿਹੜੇ ਅਧਿਕਾਰੀ ਹੋਣਗੇ ਵਿੱਚ ਸ਼ਾਮਿਲ ਉਹਨਾਂ ਦੀ ਕਾਰਵਾਈ ਹੋਵੇ, ਬਿਲਕੁਲ ਕਾਰਵਾਈ ਹੋ। ਮੈਂ ਤਹਿਸੀਲਦਾਰ ਸਾਹਿਬ ਨੂੰ ਕਿਹਾ ਕਿ ਸਾਰੀ ਜਗ੍ਹਾ ਦੀ ਇਹਨਾਂ ਦੀ ਟੋਟਲ ਇਹਨਾਂ ਦੀ ਨਿਸ਼ਾਨਦੇਹੀ ਕਰਾ ਕੇ, ਕਰੋੜਾਂ ਅਰਬਾਂ ਦੀ ਜਗ੍ਹਾ ਹੈ, ਇਹ ਕੋਈ ਛੋਟੀ ਜਿਹੀ ਜਗ੍ਹਾ ਨਹੀਂ ਹੈ, ਇਹਨਾਂ ਦੀ ਸਾਰੀ ਨਿਸ਼ਾਨਦੇਹੀ ਕਰਾ ਕੇ ਜਿਹੜਾ ਪੁਰਾਣਾ ਕੋਈ ਪਟਵਾਰੀ ਨੇ ਗੜਬੜ ਕੀਤੀ ਹੋਈ ਜਾਂ ਕਿ ਹੋਰ ਅਫਸਰ ਨੇ ਗੜਬੜ ਕੀਤੀ ਹੋਈ ਉਹਦੇ ਖਿਲਾਫ਼ ਸਖ਼ਤ ਕਾਰਵਾਈ ਕਰਨ। ਹਾਂ, ਜਿੰਨਾ ਚਿਰ ਤੱਕ ਇਹਦੀ ਨਿਸ਼ਾਨਦੇਹੀ ਵਗੈਰਾ ਨਹੀਂ ਹੁੰਦੀ ਇੱਥੇ ਕੋਈ, ਉਹਨਾਂ ਚਿਰ ਤੱਕ ਸਾਰੀ ਜੀ ਹੁੰਦੀ। ਹਾਂ ਠੀਕ ਹੈ, ਹਾਂ ਠੀਕ ਹੈ, ਹਾਂ ਸਰ ਜੀ, ਇੱਥੇ ਕੋਈ ਸਾਰੀ ਨਹੀਂ ਹੋਣੀ ਚਾਹੀਦੀ, ਬੰਦ ਕਰ ਦਿਓ ਸਾਰੀ। ਪਹਿਲਾਂ ਤਹਿਸੀਲਦਾਰ ਸਾਹਿਬ ਆਏ, ਇਹ ਪਹਿਲਾਂ ਸਾਰੀ ਕਰਨਗੇ ਟੋਟਲ ਨਿਸ਼ਾਨਦੇਹੀ ਕਰਾ ਕੇ ਹਰ ਚੀਜ਼ ਕਰਕੇ ਇਹਨਾਂ ਦੀ ਜਗ੍ਹਾ ਪੂਰੀ ਕਰਕੇ ਫਿਰ ਜਿਹਦੀ ਜਗ੍ਹਾ ਬਣਦੀ ਉਹੀ ਕਿਸੇ ਦੀ ਜਗ੍ਹਾ ਦੀ ਡੱਕਦੇ, ਪਰ ਇਹਨਾਂ ਦੀ ਇੱਕ ਸਸਾਈ ਇੱਕ ਮਰਲਾ ਨਹੀਂ ਇਹੀ ਕਿਸੇ ਵੱਲ। ਠੀਕ ਹੈ ਨਾ, ਹਾਂ ਹਾਂ, ਤੁਸੀਂ ਸਰ ਜੀ ਇੱਦਾਂ ਦਾ ਇਹਦੀ ਸਵੇਰ ਤੋਂ ਕਾਰਵਾਈ ਸ਼ੁਰੂ ਕਰੋ। ਠੀਕ ਹੈ ਨਾ, ਬੰਦ ਕਰ ਦੋ ਜੀ, ਉਹਨਾਂ ਚਿਰ ਤੱਕ ਇੱਕ ਕਿੱਟ ਨਹੀਂ ਲਾਉਂਦੇ ਨੇ। ਠੀਕ ਹੈ ਨਾ, ਹਾਂ, ਉਹਨਾਂ ਨੂੰ ਕਹਿ ਦੋ ਜੀ ਬੰਦ ਕਰੋ। ਹਾਂ ਠੀਕ ਹੈ, ਹਾਂ ਓਕੇ ਓਕੇ। कहीं सुना है रिटेल की दुकान पर होलसेल का दाम? जी हाँ, नव्या लेकर आया है डिजाइनर सूट्स, कुर्तीज और फैब्रिक्स। सबसे सस्ता सबसे अच्छा, डिफेंस रोड ममून पठानकोट। कॉन्टैक्ट 9614196141। प्रभदयाल गजाधारी ज्वेलर्स जो है पिछले 75 सालों से आप सभी का भरोसा, आपकी खुशियों के साथ। आशा पूर्णी मंदिर पठानकोट से मनचंदा टावर ढलोजी रोड। प्रभदयाल गजाधारी ज्वेलर्स जो है पिछले 75 सालों से आप सभी का भरोसा, आपकी खुशियों के साथ। आशा पूर्णी मंदिर पठानकोट से मनचंदा टावर डलहौजी रोड। प्रभदयाल गजाधारी ज्वेलर्स जो है पिछले 75 सालों से आप सभी का भरोसा, आपकी खुशियों के साथ। आशा पूर्णी मंदिर पठानकोट से मनचंदा टावर ढलोजी रोड। इंटरनेट की दुनिया का है ये बादशाह, जियो का जादू फैले हर जगह। दाम दम भी है, स्पीड में दम भी है, एंटरटेनमेंट का तड़का लगा। अब हर घर चलेगा जियो फाइबर। अब हर घर जियो फाइबर। टीवी पर लेटेस्ट एपिसोड मिस हो जाए तो जियो टीवी में जाकर उसे कभी भी चलाए। 550 से अधिक टीवी चैनल्स और हॉटस्टार, सोनी लिव, जी जैसे एप्स का भंडार। अल्ट्रा हाई स्पीड से एंटरटेनमेंट मिलेगा मजेदार। जीरो सिक्योरिटी डिपॉजिट, सेट टॉप बॉक्स भी मिलेगा फ्री। जब प्लान शुरू हो सिर्फ 399 से तो बजट की नो वरी।